ਬੁੱਟਾ ਸਿੰਘ ਚੋਹਾਂ ਦਾ ਨਵਲ ਪਤਾ ਨਹੀਂ ਸੀ ਦਾ 17ਵਾਂ ਗੁਰਜੀ ਦੇ ਪੈਰਾ ਪੈਰੀ ਲੱਗ ਗਿਆ ਸੀ ਹਲਟ ਦੀਆਂ ਟਿੰਡਾਂ ਵਾਂਗ ਉਹਦੇ ਪਲ ਭਰਨ ਦੇ ਮੁੱਦਣ ਲੱਗ ਪਏ ਸੀ ਉਹ ਬੈਠਾ ਬੈਠਾ ਉਕਤੌਣ ਲੱਗਦਾ ਉੱਟ ਕੇ ਢੇੜਾ ਮਾਰ ਆਉਂਦਾ ਲੰਘਦੇ ਸਮੇਂ ਦਾ ਪਤਾ ਹੀ ਨਹੀਂ ਸੀ ਲੱਗਦਾ ਆਲੇ ਦੁਆਲੇ ਦੀ ਅਜੀਬ ਚੁੱਪ ਤੇ ਖੇਤਾਂ ਦੇ ਨਿੱਕੇ ਨਿੱਕੇ ਜੀਵਾਂ ਤੇ ਬਿੰਡਿਆਂ ਦੀ ਆਵਾਜ਼ ਉਹਨੂੰ ਚੁਬਣੋਂ हट ਗਈਆਂ ਸਨ ਉਹਨੂੰ ਉਹ ਵੀ ਆਪਣਾ ਆਪਣਾ ਕਰਮ ਕਰਦੇ ਲੱਗਦੇ ਦੂਰੋਂ ਸੜਕ ਤੋਂ ਰਾਤ ਨੂੰ ਲੰਘਦੇ ਭਾਰੀ ਵਾਹਨਾਂ ਦੀ ਆਵਾਜ਼ ਵੀ ਉਹਨੂੰ ਸੁਣਾਈ ਦਿੰਦੀ ਪਰ ਹੁਣ ਕੰਨਾਂ ਨੂੰ ਨਹੀਂ ਸੀ ਖਾਂਦੀ ਹੁਣ ਕੁਝ ਵੀ ਅਸਅ ਹੈ ਨਹੀਂ ਸੀ ਰਿਹਾ ਲੱਗਦਾ ਸੀ ਜਿਵੇਂ ਜ਼ਿੰਦਗੀ ਤੋਂ ਸੱਪ ਵਾਂਗ ਆਈ ਕੁੰਝ ਲੱਗ ਗਈ ਹੋਵੇ ਆਲਾ ਦਵਾਲਾ ਸਾਫ਼ ਦਿਸਣ ਲੱਗ ਪਿਆ ਹੋਵੇ ਤੇ ਕੁੰਝ ਲੈਣ ਤੋਂ ਪਹਿਲਾਂ ਮਲੇ ਝਾੜੀਆਂ 'ਚ ਫਸ ਕੇ ਜਿਹੜੇ ਜ਼ਖਮ ਹੋਏ ਸੀ ਉਹ ਵੀ ਅਠਰ ਰਹੇ ਸੀ ਉਹਨੂੰ ਆਪਣਾ ਨਵਾਂ ਜੀਵਨ ਸ਼ੁਰੂ ਹੋਇਆ ਲੱਗ ਰਿਹਾ ਸੀ ਉਹਦੇ ਮਨ 'ਚ ਅਕਸਰ ਇਹ ਗੱਲ ਆਉਂਦੀ ਕਿ ਉਹ ਹੁਣ ਜ਼ਿੰਦਗੀ ਦਾ ਕੁਝ ਨਾ ਕੁਝ ਕਰ ਲਏਗਾ। ਦਿਨੇ ਜਦੋਂ ਉੱਠਦਾ ਸੂਰਜ ਵੱਲ ਨਿਗਾਹ ਜਾਣ ਲੱਗ ਪਈ ਸੀ। ਰਾਤ ਨੂੰ ਪਹਿਰਾ ਦਿੰਦਿਆਂ ਉਹਨੂੰ ਪਤਾ ਸੀ ਕਿ ਸਕੂਲ ਦੇ ਆਲੇ ਦੁਆਲੇ ਕੈਮਰੇ ਲੱਗੇ ਹੋਏ ਨੇ। ਪਰ ਉਹਨੂੰ ਕੋਈ ਫਿਕਰ ਨਹੀਂ ਸੀ। ਕੰਮ 'ਚ ਕਦੇ ਉਹਨੇ ਕੋਤਾਹੀ ਨਹੀਂ ਸੀ ਕੀਤੀ। ਬੈਠਣ ਨਾਲੋਂ ਤੁਰਨ ਫਿਰਨ ਵੇਲੇ ਆਤਮਾ ਵੱਧ ਠਰਦੀ। ਫੌਜ ਤੋਂ ਆ ਕੇ ਉਹ ਬੈਠ ਬੈਠ ਕੇ ਤੇ ਬੈਠ ਕੇ ਪੈਰ ਪੈ ਕੇ ਅੱਕ ਗਿਆ ਸੀ। ਉਹਨੂੰ ਮਹੀਨਾ ਸਵਾ ਮਹੀਨਾ ਫੌਜ ਤੋਂ ਆਏ ਨੂੰ ਹੋਇਆ ਸੀ ਪਰ ਸਾਰਾ ਖੂ ਖਾਤੇ ਪੈ ਗਿਆ ਸੀ। ਜਸਟ ਉਹਨੂੰ ਕੁਝ ਨਿਕਲਣ ਦੀ ਆਸ ਨਹੀਂ ਸੀ ਪਰ ਜੋ ਕੁਝ ਉਹਦੇ ਕੋਲ ਸੀ ਉਹ ਵੀ ਪਿੰਡ ਰਹਿਣ ਦੀ ਸੁਰੱਖਾ ਤੋਂ ਖਿਸਕਦਾ ਲੱਗ ਰਿਹਾ ਸੀ ਹਫਤਾ ਲੰਘ ਗਿਆ ਹੋਟਲ ਤੇ ਰੋਟੀ ਪਾਣੀ ਵਧੀਆ ਮਿਲਦਾ ਸੀ ਪਰ ਰਹਿਣ ਦਾ ਪ੍ਰਬੰਧ ਠੀਕ ਨਹੀਂ ਸੀ ਹੋਟਲ ਦੇ ਮਾਲਕ ਨਾਲ ਉਹਦੀ ਵਧੀਆ ਬਣਨ ਲੱਗ ਪਈ ਜਾਣ ਪਛਾਣ ਵਧਨ ਕਰਕੇ ਉਹ ਤੋਂ ਰੋਟੀ ਦੇ ਪੈਸੇ ਤਾਂ ਲੈ ਲਏ ਸੀ ਪਰ ਰਹਿਣ ਦੇ ਪੈਸੇ ਨਹੀਂ ਸੀ ਲੈ ਪਰ ਗੁਰਜੀ ਦਾ ਇੱਥੋਂ ਮਨ ਉਖੜ ਰਿਹਾ ਸੀ ਉਹ ਚਾਹੁੰਦਾ ਸੀ ਕਿਤੇ ਨਾ ਕਿਤੇ ਹੋਰ ਪ੍ਰਬੰਧ ਹੋ ਜਾਏ ਤਾਂ ਠੀਕ ਹੈ ਉਹਨੂੰ ਕਈ ਵਾਰ ਸਿੰਦਰ ਯਾਦ ਆਈ ਪਰ ਉਹਨੂੰ ਸਕੂਲ ਚ ਜਾ ਕੇ ਮਿਲੇ ਕਿਵੇਂ ਹੋ ਸਕਦਾ ਉੱਥੇ ਕਿਸੇ ਬਾਹਰਲੇ ਬੰਦੇ ਨੂੰ ਅੰਦਰ ਜਾ ਕੇ ਮਿਲਣ ਦੀ ਮਨਾਹੀ ਹੋਵੇ ਇਹ ਵੀ ਨਾ ਹੋਵੇ ਕਿਤੇ ਵੀ ਉਹ ਆਪ ਹੀ ਆਪਣੇ ਪੈਰੀਂ ਕੋਹਾੜਾ ਮਾਰ ਬੈਠੇ ਆਪਣਾ ਕਿਲਾ ਆਪ ਹੀ ਪੁੱਟ ਲਵੇ ਉਹਨੂੰ ਕੱਪੜੇ ਵੀ ਖੇਲ ਤੇ ਧੋਣੇ ਪੈਂਦੇ ਉੱਥੇ ਸੁਕਾਉਣੇ ਪੈਂਦੇ ਕਈ ਵਾਰ ਉਹਦੇ ਕੋਲ ਭਈਆ ਆਪਣੇ ਕੱਪੜੇ ਧੋਰਿਆ ਹੁੰਦਾ ਜਾਂ ਕੋਈ ਡਰਾਈਵਰ ਕੰਡਕਟਰ ਉਹਨੂੰ ਆਉਣਾਂ ਤੋਂ ਘੇਣ ਨਾਉਂਦੇ ਸੋਚਦਾ ਕੀ ਨੇ ਮੇਰੇ ਮੁਕਾਬਲੇ ਪਤਾ ਨਹੀਂ ਕਿਹੜੀ-ਕਿਹੜੀ ਜਾਤ ਚੋਂ ਨੇ ਉਹਨੂੰ ਆਪਣਾ ਆਪ ਛੋਟਾ ਲੱਗਦਾ ਨਹਾਉਣਾ ਵੀ ਠੰਡੇ ਪਾਣੀ ਨਾਲ ਪੈਂਦਾ ਦੁਪਹਿਰੇ 3 ਵਜੇ ਉੱਠ ਖੜਦਾ ਉਸ ਵਿੱਚੋਂ ਨੀਂਦ ਨਹੀਂ ਸੀ ਆਉਂਦੀ ਹੋਟਲ 'ਚ ਤੁਰਿਆ ਫਿਰਦਾ ਆਪਣੇ ਆਪ ਨੂੰ ਵੱਧੂ ਜਿਆ ਸਮਝਦਾ ਉਹਨੂੰ ਖੇਲ ਤੇ ਨਹਾਉਣਾ ਵੀ ਕਈ ਵਾਰ ਬੁਰਾ ਲੱਗਦਾ ਤੇ ਬਾਹਰ ਅੰਦਰ ਵੀ ਦੂਰ ਖੇਤਾਂ 'ਚ ਜਾਣਾ ਪੈਂਦਾ ਉਹਨੂੰ ਲੰਘ ਰਹੀ ਜ਼ਿੰਦਗੀ ਤੇ ਭਾਵੇਂ ਤਰਸ ਆਉਂਦਾ ਸੀ ਪਰ ਪਿੰਡ ਮੰਮੀ ਦੇ ਕੀਤੇ ਨਰਾਦਰ ਤੋਂ ਫਿਰ ਵੀ ਇਹ ਜੀਵਨ ਕਿਤੇ ਚੰਗਾ ਸੀ ਉਹ ਆਪਣਾ ਬੈਗ ਤੇ ਰਾਈਫਲ ਭਈਏ ਦੀ ਅਲਮਾਰੀ 'ਚ ਰੱਖ ਦਿੰਦਾ ਭਈਏ ਤੋਂ ਹੀ ਉਹਨੇ ਇੱਕ ਚਾਬੀ ਲਈ ਹੋਈ ਸੀ ਪਰ ਸੌਣ ਵੇਲੇ ਆਪਣੇ ਪੈਸੀ ਪੈਂਟ ਦੀ ਚੋਰ ਜੇਬ 'ਚ ਪਾ ਕੇ ਰੱਖਣੇ ਪੈਂਦੇ ਅੱਖ ਖੁੱਲਦੀ ਤਾਂ ਹੱਥ ਪੈਂਟ ਦੀ ਅੰਦਰਲੀ ਜੇਬ ਤੇ ਜਾਂਦਾ ਇੱਕ ਦਿਨ ਉਹਦੇ ਮਨ 'ਚ ਆਇਆ ਵੀ ਸਕੂਲ ਨੇੜੇ ਲਈ ਪਿੰਡ 'ਚ ਗੇੜਾ ਮਾਰ ਆਵੇ ਹੋ ਸਕਦਾ ਕੋਈ ਵਹਿਲਾ ਪਿਆ ਘਰ ਮਿਲ ਜਾਏ ਪਰ ਉਹਦੀ ਜ਼ਿੰਮੇਵਾਰੀ ਕੌਣ ਦੇਵੇਗਾ ਐ ਕਿਵੇਂ ਕੋਈ ਉੱਪਰ ਹੀ ਬੰਦੇ ਨੂੰ ਆਪਣਾ ਘਰ ਦੇ ਦੇਗਾ ਇਸੇ ਖਿੱਚੋ ਤਾਨ ਚੋਂ ਭਈਏ ਦੇ ਕਮਰੇ ਚ ਦਿਨ ਕੱਟੀ ਕਰ ਰਿਹਾ ਸੀ। ਉਹਦੇ ਦਿਲ ਚ ਪੁੱਛ ਪਿਛਾ ਕੇ ਸਿੰਦਰ ਦੇ ਘਰੇ ਜਾਣ ਨੂੰ ਵੀ ਕੀ ਉਹਦਾ ਦਿਲ ਪੁੱਛ ਪਿਛਾ ਕੇ ਸਿੰਦਰ ਦੇ ਘਰ ਜਾਣ ਨੂੰ ਵੀ ਕੀਤਾ ਪਰ ਮਨ ਨਹੀਂ ਮੰਨਿਆ। ਪਰ ਇੱਕ ਦਿਨ ਉਹਨੇ ਉਹਦੀ ਇਹ ਸਮੱਸਿਆ ਆਪਣੇ ਆਪ ਹੱਲ ਹੋ ਗਈ। ਕਿਸੇ ਚੀਜ਼ ਦਾ ਫਿਕਰ ਫਾਕਾ ਹੀ ਨਾ ਰਿਹਾ। ਸੋਚਣ ਲੱਗਿਆ ਕਿ ਜੇ ਕੁਦਰਤ ਖੋਣਾ ਜਾਣਦੀ ਐ ਤੇ ਦੇਣਾ ਵੀ ਜਾਣਦੀ ਐ। ਜੇ ਕੱਖੋਂ ਹੌਲਾ ਕਰ ਸਕਦੀ ਐ ਤੇ ਲਹਿਰਾਂ ਬਹਿਰਾਂ ਵੀ ਲਾ ਦਿੰਦੀ ਐ। ਉਹ ਪੂਰਾ ਖੁਸ਼ ਸੀ। ਜ਼ਿੰਦਗੀ ਦੀ ਖਾਲੀ ਝੋਲੀ ਨੀਮਤਾ ਨਾਲ ਭਰ ਗਈ ਸੀ ਜਿੱਧਰ ਪੈਰ ਪੁੱਟਦਾ ਧਰਤੀ ਵਿਛੀ ਲੱਗਦੀ ਰਾਹਾਂ ਦੀ ਧੂੜਾਪੇ ਹਟਣ ਲੱਗ ਪਈ ਰੁਕੀ ਹੋਈ ਜ਼ਿੰਦਗੀ ਧੜਕਣ ਲੱਗ ਪਈ ਆਲੇ-ਦੁਆਲੇ ਉੱਗਿਆ ਹੋਇਆ ਕਾਂ ਦਾ ਹਰ ਟੀਲਾ ਦਰਖਤਾਂ ਦੇ ਪੱਤੇ ਲਹਿਰਾਉਂਦੀਆਂ ਟਾਹਣੀਆਂ ਵਗਦੀ ਹਵਾ ਪੱਕਦੀਆਂ ਫਸਲਾਂ ਮਾਰਚ ਦੇ ਅੱਧ ਦੀ ਗਰਮ ਸਰਦ ਦੀ ਧੁੱਪ ਕਹਿੰਦੀ ਲੱਗਦੀ ਲੱਗਦੀ ਸੀ ਕਿ ਉਹ ਪਰਵਾਹ ਨਾ ਕਰੇ ਅਸੀਂ ਸਾਰੇ ਤੇਰੇ ਨਾਲ ਉਹ ਜੱਗ ਦੇ ਪਰਵਾਹ ਚ ਆ ਰਲਿਆ ਸੀ ਜਿੱਧਰ ਵੇਖਦਾ ਹਰ ਪਾਸੇ ਆਪਣਾ ਤੇ ਆਪਣਾ ਸੀ ਆਲਾ ਦਵਾਲਾ ਆਪਣੀ ਹੋਣ ਦਾ ਅਹਿਸਾਸ ਕਰਾਉਣ ਲੱਗ ਪਿਆ ਸੀ ਜ਼ਿੰਦਗੀ ਦੇ ਅਣ ਚਾਹੇ ਵਰਤਾਰੇ ਜੋ ਹੁਣ ਤੱਕ ਅਥਰੇ ਵਹਿਣ ਵਾਂਗ ਉਹਨੂੰ ਖੋਰ-ਖੋਰ ਕੇ ਗਏ ਸੀ ਉਹ ਮਨ 'ਚ ਡੁੱंगे ਜਾਂਦਾ ਸੀ ਜਦੋਂ ਤੜਕੇ 6 ਵਜੇ ਉਹ ਮੋਟਰਸਾਈਕਲ ਤੇ ਸਿੰਦਰ ਦੇ ਘਰ ਵਾਲ ਚੱਲ ਪੈਂਦਾ ਉਹਨੂੰ ਵੇਖਣਸਾਰ ਉਹ ਅੰਦਰਲੇ ਕਮਰੇ 'ਚੋਂ ਆਉਂਦੀ ਆਉਂਦੀ ਗੀਜ਼ਰ ਦੀ ਸਵਿਚ ਔਨ ਕਰ ਦਿੰਦੀ ਆਉਣ ਵੇਲੇ ਗੇਟ ਨਹੀਂ ਸੀ ਖਲਵਾਉਣਾ ਪੈਂਦਾ ਉਹ ਪਹਿਲਾਂ ਹੀ ਖੋਲ ਦਿੰਦੀ ਸੀ ਚਾਰ ਕੁੰਗਲਾ ਖੁੱਲਾ ਗੇਟ ਉਹਨੂੰ ਆਪਣਾ ਸਵਾਗਤ ਕਰਦਾ ਲੱਗਦਾ ਘਰ ਦਾ ਚੱਪਾ ਚੱਪਾ ਉਹਦੀਆਂ ਅੰਦਰਾਂ ਠਾਰਦਾ ਉਹ ਰਾਹ ਵਾਲੀ ਬੈਠਕ 'ਚ ਜਾਂਦਾ ਅੱਖ ਦੇ ਫੂਰੇ 'ਚ ਸਿੰਦਰ ਉਹਨੂੰ ਚਾਹ ਫੜਾ ਜਾਂਦੀ ਉਹਨੂੰ ਪਤਾ ਲੱਗਿਆ ਸੀ ਵੀ ਉਹ ਪੱਤੀ ਤੇਜ਼ ਪਿੰਦਾ ਮਿੱਠਾ ਘੱਟ ਉਹਨੇ ਜਦੋਂ ਪਹਿਲੇ ਦਿਨ ਪਹਿਲੀ ਘੁੱਟ ਪਈ ਸੀ ਤਾਂ ਸਿੰਦਰ ਉਹਦਾ ਚਿਹਰਾ ਤਾੜ ਗਈ ਅਗਲੇ ਦਿਨ ਉਹਨੇ ਪੱਤੀ ਤੇਜ਼ ਕਰਤੀ ਪਰ ਮਿੱਠਾ ਪਹਿਲਾਂ ਜਿੰਨਾ ਹੀ ਰੱਖਿਆ ਉਦੇ ਚਿਹਰੇ ਤੇ ਫੇਰ ਵੱਧ ਮਿੱਠੇ ਦਾ ਪ੍ਰਭਾਵ ਆਇਆ ਤਾਂ ਅਗਲੇ ਦਿਨ ਉਹਨੇ ਮਿੱਠਾ ਘੱਟ ਕਰ ਦਿੱਤਾ ਸੀ। ਉਹਨੂੰ ਪਤਾ ਸੀ ਕਿ ਉਹ ਕੋਸੇ-ਕੋਸੇ ਪਾਣੀ ਨਾਲ ਨਹਾਉਂਦਾ, ਉਹ ਚਾਹ ਪੀਣਸਾਰ ਗੁਸਲਖਾਨੇ 'ਚ ਜਾ ਕੇ ਨਹਾਉਂਦਾ। ਉਦੋਂ ਤੱਕ ਗੀਜ਼ਰ ਛੱਡੇ ਨੂੰ 8-10 ਮਿੰਟ ਮਸਾਂ ਹੋਏ ਹੁੰਦੇ। ਉਹ ਨਾ ਆ ਕੇ ਗੁਸਲਖਾਨੇ ਦੇ ਅੰਦਰ ਹੀ ਰਾਤ ਦੇ ਕੱਪੜੇ ਬਦਲਦਾ, ਦਿਨ ਵਾਲੇ ਕੱਪੜੇ ਪਾ ਕੇ ਅੰਦਰੋਂ ਨਿਕਲਦਾ। ਉਹਦੇ ਸਿਰ ਤੇ ਡੱਬੀਆਂ ਵਾਲਾ ਪਰਨਾ ਬੰਨਿਆ ਹੁੰਦਾ। ਸਿੰਦਰ ਉਹਦੇ ਲਈ ਰੋਟੀ ਬਣਾ ਦਿੰਦੀ, ਇੱਕ-ਦਿਕ ਦੀ ਪਰੌਂਠੀ ਵੀ ਲਾਉਂਦੀ। ਕਦੇ ਮੂਲੀਆਂ ਵਾਲੇ ਕਦੇ ਆਲੂਆਂ ਵਾਲੇ ਉਹ ਖਾ ਪੀ ਕੇ ਹਟਦਾ ਤਾਂ ਇਹਨੇ ਨੂੰ ਸਿੰਦਰ ਦੇ ਸਕੂਲ ਜਾਂਦਾ ਸਮਾਂ ਹੋ ਜਾਂਦਾ ਉਹ ਪਿੰਡ ਦੇ ਅੰਦਰਲੇ ਬਸ ੱਡੇ ਤੋਂ ਹੀ ਸਕੂਲ ਵਾਲੀ ਬੱਸ ਚੜ੍ਹਦੀ ਗੁਰਜੀਤ ਖਾ ਪੀ ਕੇ ਸੌ ਜਾਂਦਾ ਵਿੱਚ ਘਰ ਦੀ ਭੁੱਖ ਲੱਗਦੀ ਔਰ ਰਸੋਈ ਚੋਂ ਗਰਮ ਕਰਕੇ ਰੋਟੀ ਖਾ ਲੈਂਦਾ ਦੁਪਹਿਰੇ 3 ਵਜੇ ਦੀ ਅੱਖ ਖੁੰਦੀ ਉਹ ਦੂਜੇ ਤੀਜੇ ਦਿਨ ਸ਼ਹਿਰ ਗੇੜਾ ਮਾਰ ਆਉਂਦਾ ਸਬਜ਼ੀਆਂ ਤੇ ਘਰ ਚ ਵਰਤਿਆ ਜਾਣ ਵਾਲਾ ਨਿੱਕ ਸੁੱਕ ਲੈ ਆਉਂਦਾ ਖੜੇ ਪਾਣੀ ਦਾ ਵਹਿਣ ਬਣ ਗਿਆ ਸੀ ਜਦੋਂ ਆਇਆ ਸੀ ਵਿੜੇ 'ਚ ਲੱਗੇ ਤੂਤ ਦੇ ਪੱਤੇ ਛੜੇ ਹੋਏ ਸੀ ਪਰ ਹੁਣ ਉਹਦੇ ਟੰਗੂਰ ਫੁੱਟਣ ਲੱਗ ਪਏ ਸੀ ਜਿਹੜੇ ਵੇਖਣ ਵੇਲੇ ਝਾਕਦੇ ਲੱਗਦੇ ਦੋ ਚਾਰ ਦਿਨਾਂ 'ਚ ਉਹਨਾਂ ਨੇ ਆਪਣੀਆਂ ਬੰਦ ਮੁਠੀਆਂ ਖੋਲ ਲੈਣੀਆਂ ਸੀ ਤੇ ਲਵੇ ਲਵੇ ਪੱਤੇ ਨਿਕਲਣ ਨਿਕਲਨੇ ਸ਼ੁਰੂ ਹੋ ਜਾਣੇ ਸੀ ਉਠਣ ਵੇਲੇ ਖਾਸਾ ਖਾਸਾ ਚਿਰ ਤੂਤ ਨੂੰ ਵੇਖਦਾ ਰਹਿੰਦਾ ਉਹਨੂੰ ਹੁਣ ਕਦੇ ਮਾੜਾ ਸੁਪਨਾ ਨਹੀਂ ਸੀ ਆਇਆ ਹਾਂ ਕਦੇ ਕਦੇ ਵਿਪਰੀਤ ਨਾਲ guzਾਰੇ ਸਮੇਂ ਦੇ ਸਪਨੇ ਉਹਨੂੰ ਕਦੇ ਡਲਹਾਜ਼ੀ ਲਈ ਫਿਰਦੇ ਕਦੇ ਸ਼ਿਮਲੇ ਇੱਕ ਵਾਰ ਮਨਸੂਰੀ ਵੀ ਹੋ ਗਏ ਤੇ ਇੱਕ ਵਾਰ ਮਨਾਲੀ ਵੀ ਇਹੋ ਜੇ ਰਲਵੇਂ ਮਿਲਵੇਂ ਸੁਪਨੇ ਉਹਨੂੰ ਆਉਂਦੇ ਪਰ ਇਹਨਾਂ ਸੁਪਨਿਆਂ ਦੇ ਰੰਗ ਹੁਣ ਪਹਿਲਾਂ ਵਾਂਗ ਧੁੰਦਲੇ ਨਹੀਂ ਸੀ ਤੇ ਮਨ ਚ ਖੋਪੈਣ ਵੀ ਨਹੀਂ ਸੀ ਲਾਉਂਦੇ ਪਰ ਕਦੇ ਕਦੇ ਲੱਗਦਾ ਉਹਦੇ ਨਾਲ ਵਿਪਰੀਤ ਦੀ ਬਜਾਏ ਸਿੰਦਰ ਹੋਵੇ ਅੱਖ ਖੁੱਲਦੀ ਤਾਂ ਅੱਖਾਂ ਮਲ ਕੇ ਉਹ ਫੇਰ ਪੈ ਜਾਂਦਾ ਨੀਂਦ ਬਹੁਤੀ ਭਟਕਦੀ ਨਹੀਂ ਸੀ ਜੇ ਥੋੜੀ ਬਹੁਤੀ ਉਖੜਦੀ ਵੀ ਰੁੱੜਦੇ ਜਵਾਕ ਵਾਂਗ ਗੇੜਾ ਦੇ ਕੇ ਫੇਰ ਆ ਜਾਂਦੀ ਰੋਈਆਂ ਨਹੀਂ ਸੀ ਛੱਡਦੀ ਰੋਈਆਂ ਨਹੀਂ ਸੀ ਛੱਡਦੀ ਹੋਇਆ ਇਹ ਸੀ ਕਿ ਇੱਕ ਦਿਨ ਉਹ ਤੜਕੇ ਪਹਿਰਾ ਦੇ ਕੇ ਆਏ ਨੂੰ ਘੰਟਾ ਖੋਇਆ ਸੀ ਅਚਾਨਕ ਨਾਨਕਿਆਂ ਤੋਂ ਆਉਣ ਤੋਂ ਬਾਅਦ ਕੁੰਭ ਕਰਨ ਦੀ ਨੀਂਦ ਸੁਤੇ ਮੋਬਾਈਲ ਦੀ ਘੰਟੀ ਵੱਜੀ ਉਹਨੇ ਸੋਚਿਆ ਸੀ ਇਹ ਫੋਨ ਸਿੰਦਰ ਦਾ ਹੀ ਹੋ ਸਕਦਾ ਹੈ ਹੋਰ ਉਹਨੂੰ ਫੋਨ ਕਰਨ ਵਾਲਾ ਕੌਣ ਰਹਿ ਗਿਆ ਉਹਨੇ ਫੋਨ ਕੀਤਾ ਗੂੰ ਅਵਾਜ਼ ਆਈ ਮੈਂ ਜੀ ਸਿੰਦਰ ਬੋਲਦੀ ਹਾਂ ਮੈਨੂੰ ਤੁਹਾਡੇ ਨਾਂ ਦਾ ਪਤਾ ਹੈ ਤੁਹਾਨੂੰ ਕਿਵੇਂ ਪਤਾ ਹੈ ਯਾਦ ਕਰੋ ਅੱਜ ਜਦ ਦਿਨ ਸਕੂਲ ਮਾਲਕ ਦੇ ਕਮਰੇ 'ਚ ਖੜੇ ਸੀ ਤਾਂ ਉਹਨੇ ਕਿਹਾ ਸੀ ਸਿੰਦਰੇ ਕਲਰਕ ਦੇ ਕਮਰੇ 'ਚ ਲੈ ਜਾ ਇਹਨੂੰ ਪਰ ਉਹਨੇ ਹਲਕਾ ਜਿਹਾ ਗਿਲਾ ਕੀਤਾ ਉਦੋਂ ਦਾ ਮੋਬਾਈਲ ਕਿਤੇ ਧਰਤੀ 'ਚ ਦੱਬਿਆ ਹੋਇਆ ਸੀ ਨਹੀਂ ਨਹੀਂ ਮੈਨੂੰ ਤਾਂ ਐਂ ਲੱਗਦਾ ਨਹੀਂ ਨਹੀਂ ਇਹ ਗੱਲ ਨਹੀਂ ਸੀ ਸੋਚਿਆ ਜੇ ਉਸੇ ਦਿਨ ਫੋਨ ਕੀਤਾ ਤਾਂ ਮੇਰੇ ਬਾਰੇ ਤੁਸੀਂ ਪਤਾ ਨਹੀਂ ਕੀ ਸੋਚੋਗੇ ਅੱਜਕੱਲ ਕਰਦੀ ਨਹੀਂ ਮੈਂ ਮਸਾਂ ਇੰਨੇ ਦਿਨ ਕੱਡੇ ਸੱਚ ਪੁੱਛੋ ਹਰ ਵੇਲੇ ਤੁਸੀਂ ਅੱਖਾਂ ਮੂਰੇ ਰਹਿੰਦੇ ਸੀ ਤੁਸੀਂ ਪਤਾ ਨਹੀਂ ਕੀ ਕਰਤਾ ਸੀ ਉਸ ਦਿਨ ਮੇਰੀ ਨੀਂਦ ਸਕੂਲ ਚ ਹੀ ਰਹਿ ਗਈ ਸੀ ਇੱਕ ਦਿਨ ਸੋਚਿਆ ਛੁੱਟੀ ਪਿੱਛੋਂ ਤੁਹਾਨੂੰ ਢਾਬੇ ਤੇ ਮੇਲਾ ਵਾਂ ਪਰ ਫਿਰ ਸੋਚਿਆ ਪਤਾ ਨਹੀਂ ਤੁਸੀਂ ਕੀ ਸੋਚੋਗੇ ਕਿਹੋ ਜੀ ਤੀਵੀ ਹੈ ਜਿਹੜੀ ਢਾਬਿਆਂ ਤੇ ਤੁਰੀ ਫਿਰਦੀ ਹੈ ਇਹ ਕਿਹੜੀ ਗੱਲ ਸੀ ਆ ਜਾਣਾ ਸੀ ਹੁਣ ਪਹਿਲੀਆਂ ਗੱਲਾਂ ਕਿੱਥੇ ਰਹਿ ਗਈਆਂ ਜ਼ਮਾਨਾ ਢੇੜਾ ਖਾ ਗਿਆ ਨਹੀਂ ਨਹੀਂ ਫਿਰ ਵੀ ਇੰਨਾ ਢੇੜਾ ਨਹੀਂ ਖਾਦਾ ਜਿੰਨਾ ਤੁਸੀਂ ਕਹਿ ਰਹੇ ਹੋ 100 ਗੱਲਾਂ ਸੋਚਣੀਆਂ ਪੈਂਦੀਆਂ ਮੈਂ ਲੰਘਦੀ ਟੱਪਦੀ ਨਹੀਂ ਇਹ ਢਾਬਾ ਵੇਖਿਆ ਹੁਣੇ ਪਰ ਤੁਹਾਡਾ ਹਾਲ ਕੀ ਹੈ ਰੈਂਚ ਕੋਈ ਤਕਲੀਫ ਤਾਂ ਨਹੀਂ ਸਾਰੀਆਂ ਤਕਲੀਫਾਂ ਹੀ ਤਕਲੀਫਾਂ ਨੇ ਕਦੇ ਮਿਲ ਕੇ ਦੱਸੋ ਤੁਹਾਨੂੰ ਕਦੇ ਕੀ ਹੁਣੇ ਆਜੂ ਹੁਣੇ ਹਾਂ ਹੁਣੇ ਪਰ ਮੈਂ ਤੁਹਾਡਾ ਘਰ ਨਹੀਂ ਜਾਣਦਾ ਗੁਰਜੀਤ ਦਾ ਤੁਹਾਡਾ ਗਿਆ ਸ਼ਬਦ ਸਿੰਦਰ ਦੀ ਰੂਹ ਠਾਰ ਗਿਆ ਸੂਰਜ ਨਿਕਲਣ ਵਾਲੇ ਪਾਸਿਓਂ ਲਾਲੀ ਦੀ ਹਲਕੀ ਹਲਕੀ ਭਾ ਮਾਰਨ ਲੱਗ ਪਈ ਘਰ ਤਾਂ ਆਪੇ ਥਿਆਜੂ ਤੁਸੀਂ ਆਉਣ ਵਾਲੇ ਬਣੋ ਫਿਰ ਵੀ ਕਿੱਥੇ ਹੈ ਇੱਕ ਵਾਰ ਸਕੂਲ ਤੋਂ ਆਉਂਦੇ ਰਾਹ ਪਿੰਡ ਵੱਲ ਆ ਜਾਏ ਉੱਥੇ ਵੱਡਾ ਸਕੂਲ ਹੈ ਉੱਥੇ ਪਿੰਡ ਵਾਲਾ ਬੱਸਾਂ ਦਾ ਅੱਡਾ ਹੈ ਉਥੋਂ ਖੱਬੇ ਪਾਸੇ ਫਿਰਨੀ ਤੋਂ ਤੀਜੀ ਬੀਹੀ ਮੁੜਦੀ ਹੈ ਪੱਕੀਆਂ ਇੱਟਾਂ ਵਾਲੀ ਉਸੇ ਗਲੀ ਦੇ ਸੱਜੇ ਪਾਸੇ ਦੂਜਾ ਘਰ ਹੈ ਆਪਣਾ ਗੁਰਜੀਤ ਨੂੰ ਆਪਣਾ ਘਰ ਕਹਿਣ ਬੜਾ ਕਹਿਣਾ ਬੜਾ ਚੰਗਾ ਲੱਗਿਆ ਉਹਨੇ ਖੁੱਲ ਲਈ ਮੇਰਾ ਵੀ ਇਹ ਦੂਜਾ ਘਰ ਹੈ ਉਹ ਕਿਵੇਂ ਮੈਂ ਆ ਕੇ ਦੱਸਦਾ ਗੱਲਾਂ ਕਰਕੇ ਉਹਦਾ ਮਨ ਫੁੱਲ ਵਰਗਾ ਹੌਲਾ ਹੋ ਗਿਆ ਉਹ ਦੱਸੇ ਘਰ ਨੂੰ ਚਿਤਵਦਾ ਹੋਇਆ ਮੋੜ ਮੁੜਦਾ ਮੁੜਦਾ ਦਰਵਾਜ਼ੇ ਅੱਗੇ ਜਾ ਰੁਕੇ ਉਹਨੇ ਗਲੀ 'ਚ ਮੋਟਰਸਾਈਕਲ ਖੜਾਉਣਾ ਚਾਹਿਆ ਤਾਂ ਸਿੰਦਰ ਬੋਲੀ ਅੰਦਰ ਹੀ ਕਰ ਲਓ ਉਹਨੇ ਮੋਟਰਸਾਈਕਲ ਅੰਦਰ ਲਾਇਆ ਸਿੰਦਰ ਨੇ ਬਾਹਰਲੀ ਬੈਠਕ ਦਾ ਅੰਦਰਲਾ ਦਰਵਾਜ਼ਾ ਖੋਲ ਦਿੱਤਾ ਉਹ ਕਮਰੇ 'ਚ ਗਿਆ ਤਾਂ ਕਮਰਾ ਅੰਦਰੋਂ ਬੜਾ ਵਧੀਆ ਸੀ ਠੇਠਾ ਰਾਜਸਥਾਨੀ ਪੱਥਰ ਲੱਗੇਆਂ ਸੀ ਛੱਤ ਤੇ ਪੀਓਪੀ ਕੀਤੀ ਸੀ ਬਿਜਲੀ ਦੀਆਂ ਸਵਿੱਚਾਂ ਬਹੁਤ ਵਧੀਆ ਲੱਗੀਆਂ ਸੀ ਗਲੀ ਵਾਲੀਆਂ ਤਾਕੀਆਂ ਦੇ ਪਿੱਛੇ ਰੰਗ-ਬਰੰਗੇ ਪਰਦੇ ਲਾਏ ਹੋਏ ਸੀ ਇੱਕ ਪਾਸੇ ਦੋ ਕੁਰਸੀਆਂ ਪਈਆਂ ਸੀ ਉਹਦੇ ਅੱਗੇ ਹਲਕੇ ਕਾਲੇ ਰੰਗ ਦਾ ਸ਼ੀਸ਼ੇ ਦਾ ਮੇਜ਼ ਪਿਆ ਸੀ ਸਾਹਮਣੀ ਕੰਧ ਤੇ ਇੱਕ ਬੜੇ ਸੋਹਣੇ ਆਦਮੀ ਦੀ ਫੋਟੋ ਲੱਗੀ ਸੀ ਜਿਹੜਾ ਸਿੰਦਰ ਦੇ ਹਾਨ ਦਾ ਲੱਗਦਾ ਸੀ ਉਹਨੇ ਸੋਚਿਆ ਕਿ ਇਹ ਦਾ ਘਰ ਵਾਲਾ ਹੋਣਾ ਸਿੰਦਰ ਕਾ ਨਾਲ ਚਾਹ ਬਣਾ ਲਈ ਟ੍ਰੇ 'ਚ ਉਹਦੀ ਆਪਣੀ ਪਿਆਲੀ ਵੀ ਸੀ ਇੱਕ ਪਲੇਟ 'ਚ ਭੁਜੀਆ ਸੀ ਦੂਜੀ 'ਚ ਬਿਸਕਟ ਸਿੰਦਰ ਨੇ ਚਾਹ ਦੀ ਪਿਆਲੀ ਉਹਨੂੰ ਆਪ ਚੁੱਕ ਕੇ ਫੜਾਈ ਤੇ ਬਿਸਕਟ ਤੇ ਭੁਜੀਆ ਲੈਣ ਲਈ ਵੀ ਕਿਹਾ ਉਹ ਮਾਨ ਨਾਲ ਭਰ ਗਿਆ ਸੀ ਸਾਹਾਂ ਦੀ ਚਾਲ ਸਾਦੀ ਗਈ ਸੀ ਜੋ ਕੁਝ ਹੋ ਰਿਹਾ ਸੀ ਉਹ ਸੱਚੀ ਹੋ ਰਿਹਾ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਲੱਗਦਾ ਸੀ ਜਿਵੇਂ ਸੁਪਨਾ ਵੇਖ ਰਿਹਾ ਹੋਵੇ ਕੀ ਗੱਲ ਘਰੇ ਨਹੀਂ ਕੋਈ ਉਹਨੇ ਪੁੱਛਿਆ ਨਹੀਂ ਕੋਈ ਨਹੀਂ ਕੰਮ ਤੇ ਗਏ ਹੋਏ ਨਹੀਂ ਉੱਥੇ ਗਏ ਆ ਜਿੱਥੇ ਕੋਈ ਮੁੜਦਾ ਨਹੀਂ ਹੁੰਦਾ ਸਿੰਦਰ ਨੇ ਲਾਚਾਰੀ ਨਾਲ ਕਿ ਹੈ ਇਹ ਕੀ ਗੁਰਜੀਤ ਉਹਦੇ ਵੱਲ ਝਾਕਿਆ ਤੇ ਕਿਹਾ ਕੋਈ ਬੱਚਾ ਵੀ ਨਹੀਂ ਘਰੇ ਇੱਕ ਕੁੜੀ ਹੈ ਮਸਤੂਆਣੇ ਬੀਅਡ ਕਰਦੀ ਹੈ ਪਹਿਲਾ ਸਾਲ ਹੈ ਉਹਦਾ ਉੱਥੇ ਹੀ ਹੋਸਟਲ 'ਚ ਰਹਿੰਦੀ ਹੈ ਤੇ ਘਰ ਦੇਆਂ ਨੂੰ ਕੀ ਹੋ ਗਿਆ ਸੀ ਪੈੜ ਤੋਂ ਡਿੱਗ ਪਈ ਸੀ ਕੰਮ ਕਰਦੇ ਕਰਦੇ ਕਿਹੜੀ ਪੈੜ ਮਿਸਤਰੀਆਂ ਵਾਲੀ ਪੈੜ ਅੱਛਾ ਅੱਛਾ ਫਟਿਆਂ ਦੇ ਹੇਠਾਂ ਪਾਇਆ ਬਾਲਾ ਟੁੱਟ ਗਿਆ ਸੀ ਕੰਮ ਤੀਜੀ ਮੰਜ਼ਿਲ ਤੇ ਚੱਲਦਾ ਸੀ ਹੇਠਾਂ ਡਿੱਗਣਸਾਰ ਠੰਡੇ ਹੋ ਗਏ ਠੰਡੇ ਹੋਣ ਵਾਲੀ ਗੱਲ ਨਹੀਂ ਉਹਦੇ ਮਨ ਦਾ ਖੂਗੇੜ ਦਿੱਤਾ ਵਕਤ ਬਲਦ ਵਾਂਗ ਅੱਗੇ ਆ ਜੁੜਿਆ ਚੁੰਨੀ ਦੇ ਪੱਲੇ ਨਾਲ ਉਹ ਅੱਖਾਂ ਪੂੰਝਣ ਲੱਗ ਪਈ ਉਹਦੀਆਂ ਹੂਕੀਆਂ ਇੰਨੀਆਂ ਤੇਜ਼ ਸੀ ਲੱਗਦਾ ਸੀ ਜਿਵੇਂ ਹੁਣੇ-ਹੁਣੇ ਬਾਣਾ ਵਰਤ ਕੇ ਹਟਿਆ ਹੋਵੇ ਕਮਰਾ ਇਕਦਮ ਸੋਗ ਚ ਡੁੱਬ ਗਿਆ ਹਰ ਚੀਜ਼ ਦੇ ਜਿਵੇਂ ਢੰਡ ਮੁੜ ਗਏ ਹੋਣ ਪਰਦਿਆਂ ਦੇ ਰੰਗ ਉੱਡ ਗਏ ਛੱਤ ਝੋਲ ਖਾ ਗਈ ਗੁਰਜੀਤ ਨੇ ਚਾਹ ਵਾਲੀ ਪਿਆਲੀ ਟਰੇ 'ਚ ਰੱਖ ਦਿੱਤੀ ਹੁਬਕੀਆਂ ਲੈਂਦੀ ਸਿੰਦਰ ਸੰਭਾਲੇ ਤੁਸੀਂ ਚਾਹ ਪੀਓ ਸਮਾਂ ਰਿੰਗਣ ਲੱਗ ਪਿਆ ਉਹ ਸੰਭਲਣ ਲੱਗੀ ਗੱਲਾਂ ਕਰਦੀ ਰਹੀ ਸਮਾਂ ਥੋੜਾ ਸੀ ਗੱਲਾਂ ਬਹੁਤੀਆਂ 6-7 ਮਹੀਨੇ ਮੰਜੇ ਤੇ ਕੱਲੀ ਨੇ ਪਾਸੇ ਮਾਰ-ਮਾਰ ਕੇ ਕੱਟੇ ਸੀ ਪਤਾ ਹੀ ਨਹੀਂ ਲੱਗਿਆ 8 ਕਦੋਂ ਵੱਜ ਗਏ ਉਹ ਇੱਕ ਦਾ ਮੁਠੀ ਅੰਦਰ ਚਲੀ ਗਈ। ਖਾਸਾ ਚੇਰ ਲਾ ਕੇ ਉਹ ਬਾਹਰ ਆਈ। ਗੁਰਜੀਤ ਦੇ ਦਿਲ ਚਾਈ ਉਹ ਕਮਰੇ ਵਾਲੇ ਸਿੰਗਲ ਬੈੱਡ ਤੇ ਪੈ ਜਾਵੇ। ਅੱਖਾਂ 'ਚ ਨੀਂਦ ਉਤਰਾਈ ਸੀ। ਸਰੀਰ ਰਾਤ ਦੇ ਤੋਰੇ ਫੇਰੇ ਦੱਪਣਿਆ ਪਿਆ ਸੀ। ਪਰ ਪੈਣਾ ਉਹਨੂੰ ਠੀਕ ਨਾ ਲੱਗਿਆ। ਸੋਚਿਆ ਸਿੰਦਰ ਕੀ ਸੋਚੇਗੀ ਕਿ ਉਹ ਆਦਮੀ ਹੈ। ਵਿੜੇਜ ਪੈਰ ਜੇ ਧਰਿਆ ਨਹੀਂ ਜੜਾਂ ਲਾਉਣ। ਪਹਿਲਾਂ ਬਹਿ ਗਿਆ। ਸਿੰਦਰ ਆਈ ਤੇ ਉਹਦੇ ਹੱਥ 'ਚ ਰੋਟੀ ਵਾਲਾ ਟਿਫਨ ਸੀ। ਉਹ ਜਾਣ ਲੱਗੀ ਕਹਿੰਦੀ ਤੁਸੀਂ ਆਰਾਮ ਨਾਲ ਪੈ ਜਾਓ। ਰੋਟੀ ਰਸੋਈ 'ਚ ਪਈ ਹੈ। ਜਿਹੜੀ ਚੀਜ਼ ਦੀ ਲੋੜ ਹੋਈ ਲੈ ਲਿਓ ਫਿਕਰ ਨਾ ਕਰਿਓ ਇਹ ਤੁਹਾਡਾ ਹੀ ਘਰ ਹੈ ਉਹਨੇ ਫੇਰ ਪੈਰ ਮਲੇ ਸੌਣ ਤੋਂ ਪਹਿਲਾਂ ਅੰਦਰੋਂ ਗੇਟ ਬੰਦ ਕਰ ਲਿਓ ਸਿੰਗਲ ਕੰਬਲ ਉਹ ਦੇ ਗਈ ਸੀ ਸਿੰਦਰ ਘਰੋਂ ਗਈ ਉਹਨੇ ਗੇਟ ਬੰਦ ਕਰ ਲਿਆ ਅੰਦਰ ਦੋਵੇਂ ਕਮਰਿਆਂ ਨੂੰ ਜਿੰਦੇ ਲੱਗੇ ਸੀ ਵਰਾਂਡੇ 'ਚ ਵੀ ਇੱਕ ਸਿੰਗਲ ਬੈੱਡ ੜਿਆ ਹੋਇਆ ਸੀ ਗੁਰਜੀਤ ਬੈਠਕ 'ਚ ਗੁਸਲਖਾਨੇ ਚ ਆਇਆ ਉਹ ਨਾਲ ਕੋਈ ਕਪੜਾ ਲੀੜਾ ਨਹੀਂ ਸੀ ਲੈ ਕੇ ਆਇਆ ਉਹਨੇ ਗੀਜ਼ਰ ਵਾਲੀ ਟੁੱਟੀ ਛੱਡੀ ਪਾਣੀ ਕੋਸਾ-ਕੋਸਾ ਸੀ ਉਨੇ ਬਾਲਟੀ ਭਰੀ ਨਾ ਕੇ ਸਿੰਦਰ ਵਾਲੇ ਤੌਲੀਏ ਨਾਲ ਪਿੰਡਾ ਪਹੁੰਚ ਲਿਆ ਲੱਗਿਆ ਜਿਵੇਂ ਵਿੱਚੋਂ ਖੁਸ਼ਬੂ ਆ ਰਹੀ ਹੋਵੇ ਘਰ ਦੀ ਸਾਫ ਸਫਾਈ ਤੇ ਥਾਂ-ਸਿਰ ਪਈ ਹਰ ਚੀਜ਼ ਕੁਝ ਕਹਿੰਦੀ ਲੱਗਦੀ ਸੀ ਕੱਪੜੇ ਪਾ ਕੇ ਉਹ ਰਾਹ ਵਾਲੇ ਕਮਰੇ 'ਚ ਆਇਆ ਤੇ ਪਤਾ ਹੀ ਨਾ ਲੱਗਿਆ ਨੀਂਦ ਨੇ ਕਦੋਂ ਆ ਕੇ ਰਿਆ ਅੰਗ 18ਵਾਂ ਅਗਲੇ ਦਿਨ ਗੁਰਜੀਤ ਆਪਣਾ ਬੈਗ ਲੈ ਆਇਆ ਆਉਣ ਲੱਗੇ ਨੂੰ ਹੋਟਲ ਦਾ ਮਾਲਕ ਕਹਿੰਦਾ ਕੀ ਗੱਲ ਛੋਟੇ ਭਾਈ ਇੱਥੇ ਕੋਈ ਤਕਲੀਫ ਸੀ ਨਹੀਂ ਭਾਈ ਨਹੀਂ ਤਕਲੀਫ ਤਾਂ ਕੋਈ ਨਹੀਂ ਸੀ ਮੈਂ ਪਿੰਡ 'ਚ ਇੱਕ ਕਮਰਾ ਲੈ ਲਿਆ ਰੂਟ ਪਾਣੀ ਵੀ ਨਾਲ ਹੀ ਕਰ ਲਿਆ ਵਧੀਆ ਹੋਇਆ ਇਹ ਤਾਂ ਬਹੁਤ ਵਧੀਆ ਹੋਇਆ ਹੋਟਲ ਦੇ ਮਾਲਕ ਨੇ ਕਿਹਾ ਪਰ ਬੂਲ ਮੁਰਦੜੇ ਜਿਹੀ ਸੀ ਜਿਵੇਂ ਕੋਈ ਹੱਥ ਚ ਆਇਆ ਬਟੇਰਾ ਉਡਾਰੀ ਮਾਰ ਗਿਆ ਹੋਵੇ ਗੁਰਜੀਤ ਨੇ ਕਿਹਾ ਵੱਡੇ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਇੰਨੇ ਦਿਨ ਘਟਾਤੇ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਰੁਲਣਾ ਸੀ ਹੋ ਸਕਦਾ ਗੁਰਦੁਆਰੇ ਰੋਟੀ ਖਾਣੀ ਪੈਂਦੀ ਇਹ ਸੁਣ ਕੇ ਮਾਲਕ ਹਲਕਾ ਹਲਕਾ ਹੱਸਣ ਲੱਗਿਆ ਉਹਨੂੰ ਪਤਾ ਨਹੀਂ ਸੀ ਉਹ ਇੱਥੇ ਕਿੰਨਾ ਤੰਗ ਸੀ ਭਈਏ ਦੇ ਮੰਜੇ ਤੇ ਪੈਣ ਵੇਲੇ ਉਹਨੂੰ ਘਿੰਨ ਆਉਂਦੇ ਸੀ ਉਦੀ ਰਜਾਈ ਉਹਨੇ ਪਾਸੇ ਪਾਈ ਪਲਾਸਟਿਕ ਦੇ ਕਾਗਜ਼ ਤੇ ਰੱਖਤੀ ਸੀ ਉਹੇਠਾਂ ਆਪਣੇ ਨਾਲ ਲਿਆਂਦੀ ਚਾਦਰ ਵਿਛਾ ਲੈਂਦਾ ਤੇ ਫੌਜੀ ਕੰਬਲ ਲੈ ਕੇ ਸੌਂਦਾ ਪਰ ਮੈਲ ਦੇ ਭ੍ਰਿਗ ਦੈਲੇ ਦਾ ਅਹਿਸਾਸ ਮਨ ਚੋਂ ਨਾ ਜਾਂਦਾ ਇੱਕ ਦਿਨ ਗੱਲ ਇਦੋਂ ਵੀ ਅੱਗੇ ਚਲੀ ਗਈ ਰੋਟੀ ਟੁਕ ਖਾ ਕੇ ਸੁੱਤਾ ਹੀ ਸੀ ਕਿ ਲੱਗਿਆ ਜਿਵੇਂ ਕੋਈ ਉਹਦੇ ਨਾਲ ਆ ਕੇ ਪਿਆ ਹੋਵੇ ਆਉਣ ਵਾਲੇ ਦਾ ਪੈਰ ਉਹਦੇ ਨਾਲ ਲੱਗਿਆ ਸੀ ਉਹ ਇਕਦਮ ਤਰਬਕ ਕੇ ਉੱਠਿਆ ਨਾਲ ਆ ਕੇ ਪਿਆ ਬੰਦਾ ਵੀ ਉਹਦੇ ਨਾਲ ਉੱਠ ਖੜਿਆ ਗੁਰਜੀਤ ਨੇ ਉਹਨੂੰ ਵੇਖਿਆ ਉਹਦਾ ਰੰਗ ਕਾਲਾ ਸੀ ਅਗੜੀ ਦੁਗੜੀ ਦਾੜੀ ਤੇ ਬੜੇ ਘਟਿਆ ਕੱਪੜੇ ਪਾਏ ਸੀ। ਉਹਨੂੰ ਲੱਗਿਆ ਜਿਵੇਂ ਉਹ ਹੀਟ ਲਿਆਂ ਚੋਂ ਹੋਵੇ। ਉਹ ਜੇ ਸੋਚ ਹੀ ਰਿਹਾ ਸੀ। ਉਹਨੂੰ ਕੁਝ ਕਹੇ ਪਰ ਨਾਲ ਆ ਕੇ ਪਿਆ ਬੰਦਾ ਪਹਿਲਾਂ ਹੀ ਬੋਲ ਪਿਆ। ਬਾਈ ਜੀ ਸਾਰੀ ਰਾਤ ਟਰੱਕ ਚਲਾ ਕੇ ਲੈ ਕੇ ਆਇਆ ਰੋਟੀ ਖਾ ਕੇ ਸਾਲੀ ਨੀਂਦ ਆਉਣ ਲੱਗ ਪਈ। ਢਾਬੇ ਵਾਲਾ ਕਹਿੰਦਾ ਬਾਈ ਅੰਦਰ ਜਾ ਕੇ ਪੈ ਜਾ। ਇਹ ਕਹਿ ਕੇ ਉੱਠਿਆ ਤੇ ਭਈਏ ਦੀ ਰਜਾਈ ਚੁੱਕੀ ਤੇ ਹੀਟਾਂ ਪਲਾਸਟਿਕ ਦਾ ਕਾਗਜ਼ ਵਿਛਾਇਆ। ਰਜਾਈ ਉੱਤੇ ਲੈ ਕੇ ਭਲਾਂ ਚਿਨਾ ਚੀ ਸੌਂ ਗਿਆ। ਉਦੇ ਵੱਜਦੇ ਘਰਾੜਿਆਂ ਕਾਰਨ ਗੁਰਜੀਤ ਨੂੰ ਮਸਾ ਨਹੀਂ ਆਂਦਾ। ਇਸ ਤੋਂ ਬਿਨਾ ਉਸੇ ਕਮਰੇ ਚੀਟਾ ਬੇਜ ਵਰਤਿਆ ਜਾਣ ਵਾਲਾ ਸਮਾਨ ਪਿਆ ਹੁੰਦਾ। ਗੰਡਿਆਂ ਦੇ ਪਈ ਗਟਿਆਂ ਚੋਂ ਵੀ ਬਦਬੂ ਆਉਂਦੀ ਰਹਿੰਦੀ। ਕਮਰੇ ਦੀ ਹਵਾੜ ਕਾਰਨ ਆਪਣੇ ਕੰਬਲ ਨੂੰ ਚਾਰੇ ਪਾਸਿਆਂ ਤੋਂ ਦੱਬ ਲੈਂਦਾ। ਥੱਕਿਆ ਟੁੱਟਿਆ ਹੋਣ ਕਰਕੇ ਨੀਂਦ ਨਹੀਂ ਆਉਣਾ ਹੀ ਹੁੰਦਾ ਸੀ। ਸਿੰਦਰ ਦੇ ਘਰੇ ਆ ਕੇ ਉਹਨੂੰ ਕੋਈ ਤਕਲੀਫ ਨਹੀਂ ਸੀ। ਉਹਦੇ ਆਉਣ ਪਿੱਛੋਂ ਸਕੂਲ ਚਲੀ ਜਾਂਦੀ ਦੁਪਹਿਰੇ ਜਦੋਂ ਆਉਂਦੀ ਤਾਂ ਉਹਨੂੰ ਜਗਾਉਂਦੀ ਨਹੀਂ ਸੀ। ਬਹੁਤੀ ਗੱਲ ਬਾਤ ਉਹ ਆਪਸ ਨਹੀਂ ਸੀ ਕਰਦੇ ਆਥਨੇ ਰੋਟੀ ਖਾਂਦਾ ਸਮਾਂ ਹੋਣ ਤੇ ਮੋਢੇ 'ਚ ਰਾਈਫਲ ਪਾ ਕੇ ਕੰਮ ਤੇ ਆ ਜਾਂਦਾ ਇੱਕ ਦਿਨ ਉਹਨੇ 2-3 ਪੈਗ ਰਮ ਦੇ ਲਾ ਲਏ ਜਦੋਂ ਸਿੰਦਰ ਰੋਟੀ ਫੜਾਉਣ ਆਈ ਤੇ ਕਮਰੇ 'ਚ ਵੜਨ ਵੇਲੇ ਉਹਦੇ ਹਲਕੇ ਜਿਹੇ ਚੜੇ ਨੱਕ ਤੋਂ ਨੇ ਅੰਦਾਜ਼ਾ ਲਾ ਲਿਆ ਸੀ ਵੀ ਉਹ ਸ਼ਰਾਬ ਨੂੰ ਪਸੰਦ ਨਹੀਂ ਕਰਦੀ ਉਸੇ ਦਿਨੋਂ ਨੇ ਘਰੇ ਪੀਣੀ ਬੰਦ ਕਰ ਦਿੱਤੀ ਜਿੱਦẽ ਉਹਦੇ ਮਨ ਤੇ ਬੀਤੇ ਸਮੇਂ ਦੀਆਂ ਘਟਨਾਵਾਂ ਛੱਪਾ ਪਾਉਂਦੀਆਂ ਉੱਤੇ ਫਨ 'ਚ ਰੋਟੀ ਪਵਾ ਕੇ ਨਾਲ ਲੈ ਜਾਂਦਾ ਨਾਲ ਪਾਣੀ ਦੀ ਬੋਤਲ ਵੀ ਤੇ ਸਕੂਲ ਦੇ ਖਾਸਾ ਪਾਸੇ ਜਾ ਕੇ ਉਹ ਦੋ ਤਿੰਨ ਪੈਗ ਲਾ ਲੈਂਦਾ ਰੋਟੀ ਖਾ ਕੇ ਪੈਰਾ ਦੇਣ ਲੱਗ ਪੈਂਦਾ ਗੁਰਜੀਤ ਨੇ ਇੱਕ ਦਿਨ ਸ਼ਿੰਦਰ ਨਾਲ ਕਿਰਾਏ ਦੀ ਗੱਲ ਖੋਲਣੀ ਚਾਹੀ ਪਰ ਹੱਸ ਕੇ ਕਹਿੰਦੀ ਸ਼ਰਮ ਨਹੀਂ ਆਉਂਦੀ ਤੁਹਾਨੂੰ ਬਾਣੀਆਂ ਵਾਲੀਆਂ ਗੱਲਾਂ ਕਰਦਿਆਂ ਨੂੰ ਆਪਾਂ ਕੋਈ ਦੋਆ ਗੁਰਜੀਤ ਨੇ ਅੰਦਰ ਛਾਤੀ ਮਾਰੀ ਉਹ ਹੁਣ ਦੋ ਰਹੀ ਵੀ ਨਹੀਂ ਸੀ ਫਿਰ ਇੱਕ ਦਿਨ ਉਹ ਕਹਿੰਦੀ ਜੇ ਤੁਸੀਂ ਕਹੋ ਤਾਂ ਆਪਾਂ ਕਿਸੇ ਤੋਂ ਮਣ ਧੌਣ ਮੱਕੀ ਲੈ ਲਈਏ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਮੈਨੂੰ ਕੀ ਇਤਰਾਜ਼ ਹੋਣਾ ਹੈ ਉਨੇ ਹਾਸ ਕੇ ਕਿਹਾ ਮੈਂ ਸੋਚਿਆ ਸ਼ਾਇਦ ਤੁਹਾਨੂੰ ਮੱਕੀ ਦੀ ਰੋਟੀ ਖਾਣੀ ਪਸੰਦ ਨਾ ਹੋਵੇ ਗੁਰਜੀਤ ਨੂੰ ਪਹਿਲੀ ਵਾਰ ਉਹਦੀ ਕੁੜੀ ਦੇ ਨਾਮ ਦਾ ਪਤਾ ਲੱਗਿਆ ਇੱਕ ਦਿਨ ਉਹ ਆਈ ਤੇ ਸਿੱਧੀ ਪਿਛਲੇ ਕਮਰੇ 'ਚ ਚਲੀ ਗਈ ਉਹਦੇ ਕਮਰੇ 'ਚ ਨਹੀਂ ਸੀ ਆਈ ਅੰਦਰ ਮਾਂ ਨਾਲ ਗੱਲਾਂ ਕਰਦੀ ਹੋਈ ਉਹਨੂੰ ਸੁਣ ਰਹੀ ਸੀ ਤੇ ਹੌਨਸਾਰੋ ਨੇ ਟੀਵੀ ਲਾ ਲਿਆ ਜਿਹਦੀ ਹਲਕੀ ਹਲਕੀ ਆਵਾਜ਼ ਗੁਰਜੀਤ ਦੇ ਕੰਨਾਂ 'ਪੈ ਰਹੀ ਸੀ ਲੱਗਿਆ ਜਿਵੇਂ ਕੁੜੀ ਦੇ ਆਉਣ ਨਾਲ ਘਰ ਭਰ ਗਿਆ ਹੋਵੇ ਘਰ ਦੇ ਖੁੰਝੇ ਝਾਕਣ ਲੱਗ ਪਏ ਸੀ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਘਰ 'ਚ ਕੋਈ ਰਹਿੰਦਾ ਵੀ ਹੈ ਜਾਂ ਨਹੀਂ ਸਾਰੇ ਕੰਮ ਨਿਯਮਤ ਢੰਗ ਨਾਲ ਹੋਈ ਜਾਂਦੇ ਦੋਵੇਂ ਇੱਕ ਅੱਧ ਗੱਲ ਕਰਕੇ ਅੰਦਰ ਡੁੱਬ ਜਾਂਦੇ ਆਲੇ-ਦੁਆਲੇ ਦਾ ਸਹਿਮ ਉੱਚੀ ਬੋਲਣ ਨਹੀਂ ਸੀ ਦਿੰਦਾ ਘਰੋਂ ਬਾਹਰ ਜਾਣ ਤਾਂ ਕੋ ਗੇਟ ਬੰਦ ਰੱਖਦੇ ਹਰ ਵੇਲੇ ਖਿਆਲ ਰਹਿੰਦਾ ਕਿ ਗਲੀ ਦਾ ਢੱਕਾ ਡੋਲਾ ਅੰਦਰ ਨਾ ਆਵੇ ਗਲੀ 'ਚ ਹਵਾ ਸੁਲਗ ਰਹੀ ਸੀ ਪਰ ਤੇਜ਼ ਨਹੀਂ ਸੀ ਹੋਈ ਸ਼ਰਨ ਪਾਲ ਉਹਦੇ ਕੋਲ ਨਹੀਂ ਸੀ ਆਈ ਨਾ ਉਹਨੂੰ ਸ਼ਿੰਦਰ ਲੈ ਕੇ ਆਈ ਉਹ ਜਦੋਂ ਪਹਿਰੇ ਤੇ ਜਾਣ ਲੱਗਿਆ ਤਾਂ ਸੋਚਿਆ ਕੁੜੀ ਪਤਾ ਨਹੀਂ ਉਹਦੇ ਬਾਰੇ ਕੀ ਸੋਚਦੀ ਹੋਏਗੀ ਕਿ ਮੈਂ ਕੌਣ ਹਿੱਥੋਂ ਦਾ ਤੇ ਕੀ ਸਬੰਧ ਨੇ ਮੇਰੇ ਉਹਦੀ ਮਾਂ ਨਾਲ ਪਰ ਫਿਰ ਉਹਦੀ ਸੋਚਣੀ ਪਲਟਾ ਖਾ ਗਈ ਕਿ ਕੁੜੀ ਪੜੀ ਲਿਖੀ ਐ ਸਾਰੀ ਗੱਲ ਸਮਝਦੀ ਐ ਇਹ ਵੀ ਖਿਆਲ ਆਇਆ ਕਿ ਸ਼ਾਇਦ ਸਿੰਦਰ ਨੇ ਉਹਨੂੰ ਮੇਰੇ ਘਰੇ ਰਹਿਣ ਬਾਰੇ ਦੱਸਿਆ ਹੋਵੇ ਅੱਥ ਨੇ ਤੜਕੇ ਉਹ ਕੁੜੀ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਐ ਤੜਕੇ ਉਹਦੇ ਭਰਮ ਭਲੇਖੇ ਦੂਰ ਹੋ ਗਏ ਉਹ ਕੰਮ ਤੋਂ ਆਏ ਨੂੰ ਅਜੇ 5-10 ਮਿੰਟ ਹੀ ਹੋਏ ਸੀ ਸ਼ਰਨਪਾਲ ਜਾਣ ਲਈ ਤਿਆਰ ਹੋ ਗਈ ਉਹਨੇ ਗੁਰਜੀਤ ਨੂੰ ਧਿਆਨ ਨਾਲ ਵੇਖਿਆ ਤੇ ਹੱਸ ਕੇ ਸਤਿ ਸ਼੍ਰੀ ਅਕਾਲ ਬੁਲਾਈ। ਮੰਮੀ ਨੇ ਤੁਹਾਡੇ ਬਾਰੇ ਸਾਰਾ ਕੁਝ ਦੱਸਿਆ, ਤੁਸੀਂ ਬਹੁਤ ਚੰਗੇ ਹੋ। ਗੁਰਜੀਤ ਹੱਸਿਆ ਤੇ ਕਹੇ, "ਚੱਲ ਪੁੱਤ, ਮੈਂ ਤੈਨੂੰ ਬਾਹਰਲੇ ਅੱਡੇ ਤੱਕ ਛੱਡ ਆਵਾਂ।" ਪਰ ਉਹਨੇ ਕਿਹਾ, "ਕੋਈ ਨਾ ਅੰਕਲ ਜੀ, ਮੰਮੀ ਛੱਡ ਆਉਣਗੇ, ਰਾਹ 'ਚ ਨਾਲੇ ਅਸੀਂ ਗੱਲਾਂ ਕਰਦਿਆਂ ਜਾਵਾਂਗੇ।" ਗੁਰਜੀਤ ਨੇ ਵੇਖਿਆ ਸ਼ਰਨਪਾਲ, ਸ਼ਰਨਪਾਲ ਦੇ ਜੀਨ ਟੌਪ ਪਾਇਆ ਸੀ। ਉੱਪਰ ਦੀ ਬਾਹਾਂ ਵਾਲੀ ਰੈਡੀमेड ਬ੍ਰਾਂਡੇਡ ਕੁਟੀ ਗੁੱਤਦੀਪ ਜਾਈ ਵਾਲਾਂ 'ਚ ਰਬੜ ਬੈਂਡ ਪਾਇਆ ਸੀ ਪੈਰਾਂ 'ਚ ਚੰਗੀ ਕੰਪਨੀ ਦੇ ਬੂਟ ਪਾਏ ਸੀ ਉਹ ਮਾਂ ਤੋਂ ਉੱਚੀ ਲੱਗਦੀ ਸੀ ਰੰਗ ਰੂਪ ਨਿਖਰਿਆ ਹੋਇਆ ਤੇ ਜਦੋਂ ਘਰੋਂ ਬਾਹਰ ਜਾ ਰਹੀਆਂ ਸੀ ਸ਼ਰਨਪਾ ਲੱਗੀ ਸੀ ਸਿੰਦਰ ਪਿੱਛੇ ਸੀ ਪਰ ਉਹਦੇ ਪੈਰਾਂ 'ਚ ਪੈਰ ਨਹੀਂ ਸੀ ਧਰ ਰਹੀ ਉਹ ਤੋਂ ਪਾਸੇ ਹੋ ਕੇ ਦੁਰ ਰਹੀ ਸੀ ਗੁਰਜੀਤ ਨੇ ਸੋਚਿਆ ਕਿ ਜਵਾਨੀ ਪਹਿਰੇ ਸਿੰਦਰ ਵੀ ਉਹਦੇ ਵਰਗੀ ਹੁੰਦੀ ਹੋਏਗੀ ਗੁਰਜੀਤ ਦਾ ਜੀਵਨ ਸਹੀ ਤੋਰੇ ਪੈ ਗਿਆ ਸੀ ਕਰੋਂ ਸਕੂਲ ਤੇ ਸਕੂਲਾਂ ਘਰੇ ਆਉਣਾ ਹੀ ਉਹਦੀ ਜ਼ਿੰਦਗੀ ਸੀ ਸੀਮਤ ਜਿਹਾ ਸੰਸਾਰ ਉਹਨੂੰ ਆਪਣੇ ਵਿੱਚ ਸਮਾਈ ਬੈਠਾ ਸੀ ਘਰੇ ਆ ਕੇ ਉਹ ਕੋਦੇ ਪਿੰਡ 'ਚ ਨਹੀਂ ਸੀ ਗਿਆ ਨਾ ਹੀ ਉਹਨੂੰ ਪਤਾ ਸੀ ਵੀ ਆਲੇ ਦੁਆਲੇ ਕੌਣ ਰਹਿੰਦਾ ਹੈ ਸੈਰ ਕਰਨ ਦੀ ਉਹਨੂੰ ਲੋੜ ਨਹੀਂ ਸੀ ਪੈਂਦੀ ਹਰ ਰਾਤ ਹੀ ਉਹਨੂੰ ਸੈਰ ਕਰਵਾਉਂਦੀ ਹੁੰਦੀ ਸੀ 15-20 ਮੀਲ ਉਹ ਰਾਤ ਨੂੰ ਤੁਰ ਕੇ ਕਰ ਦਿੰਦਾ ਸੀ ਰੁੱਕ ਰੁੱਕ ਕੇ ਤੁਰਨਾ ਉਹਦੀ ਹੋਂਣੀ ਬਣ ਗਈ ਸੀ ਸਰਦੀ ਜਾ ਰਹੀ ਸੀ ਖੇਤਾਂ 'ਚ ਕਣਕਾਂ ਪੀਲੀਆਂ ਪੈਣ ਲੱਗ ਪਈਆਂ ਕੁਝ ਦਿਨਾਂ ਨੂੰ ਧੜਵੀਆਂ ਵਾਂਗ ਕੰਬਾਈਨਾ ਨੇ ਖੇਤਾਂ ਚਾਵੜਨਾ ਸੀ ਚਾਰੇ ਪਾਸੇ ਲਹਿਰ ਰੌਨੀਆਂ ਕਣਕਾਂ ਨੇ ਬੱਲੀਆਂ ਚੋਂ ਨਿਕਲ ਆਉਣਾ ਸੀ ਖਾਨ ਜੋਗੀਆਂ ਨੇ ਘਰਾਂ ਚ ਰਹਿਣਾ ਸੀ ਬਾਕੀਆਂ ਨੇ ਧੀਆ ਵਾਂਗ ਪਰਾਈਆਂ ਹੋ ਕੇ ਮੰਡੀ ਦੇ ਰਾਹ ਪੈ ਜਾਣਾ ਸੀ ਹਰ ਸਾਲ ਦਾ ਕਰਮ ਨਿਭਣ ਦੀ ਤਿਆਰੀ ਚ ਸੀ ਉਹਨੇ ਬੈਂਕ ਚ ਪਈ ਨਵੀਂ ਤਨਖਾਹ ਦਾ ਮੈਸੇਜ ਆ ਗਿਆ ਸਿਕਿਉਰਿਟੀ ਵਾਲੀ ਕੰਪਨੀ ਦੇ ਪੈਸੇ ਵੀ ਆ ਗਏ ਸੀ ਸਕੂਲ ਮਾਲਕ ਨੇ ਛੁੱਟੀਆਂ ਦੇ ਪੈਸੇ ਵੀ ਦੇ ਦਿੱਤੇ ਸੀ ਇੱਕ ਦਿਨ ਉਹ 12 ਵਜੇ ਤੱਕ ਸੁੱਤਾ ਤੇ ਸੰਗਰੂਰ ਚਲਾ ਗਿਆ ਬੈਂਕ ਤੋਂ ਪੈਸੇ ਕਢਾਈ ਫੌਜੀ ਕੈਂਟੀਨ ਤੋਂ ਮਹੀਨੇ ਭਰ ਦਾ ਰਾਸ਼ਨ ਲਿਆ। ਰਾਸ਼ਨ ਚੋਂ ਨੇ ਕੁਝ ਚੀਜ਼ਾਂ ਸ਼ਰਨਪਾਲ ਦੀ ਪਸੰਦ ਦੀਆਂ ਵੀ ਲਈਆਂ ਜਿਨ੍ਹਾਂ ਦਾ ਉਹਨੂੰ ਸਿੰਦਰ ਤੋਂ ਪਤਾ ਲੱਗਿਆ। ਸ਼ਰਨਪਾਲ ਦੇ ਪਿੰਡ ਆਉਣ ਕਰਕੇ ਉਹਨੂੰ ਉਹ ਆਪਣੀ ਧੀ ਹੀ ਲੱਗਣ ਲੱਗ ਪਈ ਸੀ। ਉਹ ਵੀ ਸਿੰਦਰ ਵਾਂਗ ਹਸਮੁਖ ਹੋਣ ਕਰਕੇ ਉਹਦੇ ਕਮਰੇ ਚ ਆ ਕੇ ਗੱਲਾਂ ਕਰਨ ਲੱਗ ਪੈਂਦੀ। ਉਹ ਜਦੋਂ ਹੱਸ-ਹੱਸ ਕੇ ਗੱਲਾਂ ਕਰਦੀ ਤਾਂ ਉਹਦਾ ਕਾਲਜਾ ਠਰਦਾ। ਨਾਲ-ਨਾਲ ਆਪਣੇ ਪਛੜੇ ਹੋਏ ਜੀਵਨ ਦਾ ਅਹਿਸਾਸ ਵੀ ਹੋਣ ਲੱਗ ਪੈਂਦਾ। ਕਛਤਾਵਾ ਹੋਣ ਲੱਗਦਾ ਕਿ ਜੇ ਉਹ ਮਾਮੀ ਦੇ ਕਹੇ ਤੋ ਝਿਰਮਲ ਨਾਲ ਵਿਆਹ ਕਰਵਾ ਲੈਂਦਾ ਉਹਦੇ ਜਿਹੜੇ ਹੁਣ ਮੁੰਡਾ ਕੁੜੀ ਨਹੀਂ ਉਹਦੇ ਹੋਣੇ ਸੀ ਵਿਪਰੀਤ ਦੇ ਪਿੱਛੇ ਲੱਗ ਕੇ ਉਹਨੇ ਕੀ ਖਟਿਆ ਵਾਧੂ ਦੇ ਸੁਪਨੇ ਲੰਦਾ ਰਿਹਾ ਜਿਹੜੇ ਕਦੇ ਪੂਰੇ ਨਹੀਂ ਸੀ ਹੁਣ ਉਹ ਪਿੰਡ ਦੀ ਕੁੜੀ ਸੀ ਉਹਦੇ ਨਾਲ ਉਹਦਾ ਵਿਆਹ ਕਿੱਥੋਂ ਹੋਣਾ ਸੀ ਤੇ ਜੇ ਅਦਾਲਤ ਚ ਵਿਆਹ ਕਰਵਾ ਵੀ ਲੈਂਦੇ ਤਾਂ ਉਹਦੇ ਮਾਪਿਆਂ ਨੇ ਕਿੱਥੋਂ ਜਰਨਾ ਸੀ ਐਵੇਂ ਉਲਝਿਆ ਉਹਦੇ ਨਾਲ ਛੇਤੀ ਸੰਭਲ ਜਾਂਦਾ ਹੁਣ ਨੂੰ ਕਦੋਂ ਦਾ ਤਣਪਤਣ ਲੱਗਿਆ ਹੁੰਦਾ ਇਹ ਸੋਚ ਕੇ ਉਹਦੇ ਸੋਚ ਦੇ ਪਰਛਾਵੇਂ ਲੰਬੇ ਹੋਣ ਲੱਗਦੇ ਜਿਹੜੀ ਉਹਦੇ ਲੰਗੇ ਵਰਿਆਂ 'ਚ ਫੈਲ ਜਾਂਦੇ ਤੇ ਕਈ ਦਿਨਾਂ 'ਚ ਮਸਾਂ ਥਾਂ 'ਸੇ ਰਹਿੰਦੇ ਧੰਨਵਾਦ ਚਲ